ਤੁਸੀਂ ਦੇਖ ਰਹੇ ਹੋ ਸਾਂਝਾ ਪੰਜਾਬ ਟੀਵੀ ਤੇ ਦੇਖਦੇ ਰਹੋ ਸਾਂਝਾ ਪੰਜਾਬ ਟੀਵੀ ਅੰਮ੍ਰਿਤਸਰ ਤੋਂ ਤੇ ਛੋਟੀ ਵੱਡੀਆਂ ਖਬਰਾਂ ਦੇਣ ਵਾਸਤੇ ਸਾਂਝਾ ਇਹ ਵੀ ਵੇਖਦੇ ਹੋ ਬੋੜੂ ਪਿੰਡ ਦੇ ਵਿੱਚ ਬਗੈਰਾ ਪੁਲਕੇ ਬਗੈਰਾ ਆਲੂ ਵਾਲੇ ਮੱਖਣ ਲਾ ਕੇ ਦਿੰਦੇ ਆ 30 ਰੁਪਏ ਦਾ ਪੁਲਕਾ ਬੜਾ ਸਸਤਾ ਪੁਲਕਾ ਹੈ ਜੀ ਦੇਖ ਲਓ ਕਿੰਨੀ ਸਫਾਈ ਰੱਖੀ ਹੋਈ ਇਹਨਾਂ ਨੇ ਬਗੈਰਾ ਦੇਖੋ ਜੀ ਹਰ ਪਲੇਟ ਸਾਫ ਕਰਕੇ ਹਰ ਦੇਖੋ ਜੀ ਚਨੇ ਆਲੂ ਹਰ ਚੀਜ਼ ਦੇਖੋ ਜੀ ਚਟਨੀ ਤੱਕ ਚਟਨੀ ਬਹੁਤ ਸਵਾਦ ਬਣਾਈ ਗਈ ਇਹਨਾਂ ਦੀ ਇਹ ਕਿੰਨੇ ਸਾਲ ਹੋ ਗਿਆ ਇੱਥੇ ਕੁਲਚੇ ਲਾਉਂਦੇ ਪਏ ਬੋੜੂ ਪੁਲ ਦੇ ਕੋਲ ਠੀਕ ਹੈ ਇਹ ਇੱਥੇ ਨਹਿਰ ਹੁੰਦੀ ਅਤੇ ਉਹਦੇ ਸੂਹਾ ਹੁੰਦਾ ਜੀ ਸੂਹੇ ਕਰਕੇ ਇਹਨਾਂ ਨੇ ਜਿਹੜਾ ਇੱਥੇ ਖੁੱਲ੍ਹਿਆ ਆਪਣਾ ਕਾਰੋਬਾਰ ਉਹਦੇ ਕੋਲ ਲੋਕ ਬੈਠੇ ਹੋਏ ਨੇ ਬਗੈਰਾ ਖਾਂਦੇ ਨੇ ਕੁਰਸੀਆਂ ਟੇਬਲ ਲਾਏ ਗਏ ਨੇ ਬਗੈਰਾ ਤੁਸੀਂ ਵੇਖਦੇ ਪਏ ਉਹ ਕੁਰਸੀਆਂ ਟੇਬਲ ਲਾਏ ਗਏ ਕਿੰਨਾ ਕਸਟਮਰ ਆ ਰਿਹਾ ਜਿਹੜੇ ਕੁਲਚੇ ਖਾ ਰਹੇ ਦੂਰ ਦੂਰ ਵੀ ਆ ਰਿਹਾ ਤੁਹਾਡਾ ਕੁਲਚਾ ਬਹੁਤ ਸਵਾਦ ਹੈਗਾ ਜਿਵੇਂ ਤੁਸੀਂ ਛੋਲੇ ਚਟਨੀ ਬਣਾਉਂਦੇ ਹੋ ਕੁਲਚੇ ਵੀ ਮੱਖਣ ਲਾ ਕੇ ਦਿੰਦੇ ਹੋ 30 ਰੁਪਏ ਦਾ ਵਾਰਾ ਖਾਂਦਾ ਤੁਹਾਨੂੰ ਮੋਰ ਸਾਰਾ ਪਰਿਵਾਰ ਕਰਦਾ ਇਕੱਲੇ ਕਰਦੇ ਹੋ ਮੱਖਣ ਲਾ ਕੇ ਵਧੀਆ ਟੇਸਟੀ ਕੁਲਚਾ ਦੇ ਰਹੇ 30 ਰੁਪਏ ਦਾ ਕੁਲਚਾ ਵਧੀਆ ਕੁਲਚਾ ਹੁੰਦਾ ਵਾ ਬਹੁਤ ਟੇਸਟੀ ਹੁੰਦਾ ਵਾ ਬੜੀ ਬੜੀ ਦੂਰ ਤੋਂ ਆਣ ਕੇ ਖਾਂਦੇ ਤੇ ਫੈਮਿਲੀ ਵਾਲੇ ਵੀ ਖਾਂਦੇ ਆ ਬਹੁਤ ਵਧੀਆ ਕੁਲਚਾ ਹੁੰਦਾ ਵਾ ਜੇ ਟਾਈਮ ਮਤਲਬ ਬੰਦੇ ਕੋਲ ਪੈਸੇ ਨਹੀਂ ਹੁੰਦੇ ਕੁਲਚ ਬਾਰੇ ਤਾਂ ਵੀ ਆਪਣਾ ਮਤਲਬ ਕਿ ਦੇ ਦਿੰਦੇ ਆ ਕੁਲਚਾ ਕਿ ਚੱਲ ਕੋਈ ਨਹੀਂ ਜੇ ਨਹੀਂ ਹੈਗੇ ਕਿ ਬਾਅਦ 'ਚ ਤੁਸੀਂ ਦੇ ਦਿਓ ਐਡਾ ਜ਼ਬਰਦਸਤ ਕੁਲਚਾ ਹੁੰਦਾ ਖਾਣ 'ਚ ਟੇਸਟ ਤੁਸੀਂ ਆਪ ਖਾ ਕੇ ਵੇਲੇ ਬਹੁਤ ਵਧੀਆ ਕੁਲਚਾ ਹੁੰਦਾ ਭਾਅ ਜੀ ਜਿਵੇਂ ਤੁਸੀਂ ਆਏ ਹੋ ਜਿਵੇਂ ਦੇਖੋ ਤੁਸੀਂ ਦੇਖ ਰਹੇ ਹੋ ਕੁਰਸੀਆਂ ਟੇਬਲ ਡਾਏ ਆ ਵਗੈਰਾ ਹਰ ਚੀਜ਼ ਚੀਜ਼ ਦੀ ਪਲੇਟ ਦਿੰਦੇ ਆ ਵਗੈਰਾ ਚਨੇ ਦੇਖੋ ਜੀ ਚਨੀ ਹਰ ਚੀਜ਼ ਮੱਖਣ ਲਾ ਕੇ ਦੇ ਰਹੇ ਆ ਮਗਰ ਇਹਨਾਂ ਨੂੰ ਕੀ ਬਚਦਾ ਹੈਗਾ ਜੇ ਇੱਥੇ ਦੇਖੋ ਜੀ ਕਸ਼ਮ ਜੇ ਘੱਟੋ ਘੱਟ ਉਹ ਭਾਅ ਜੀ ਜੇ ਉਹਨਾਂ ਨੂੰ ਕੁਝ ਬਚਦਾ ਜੋ ਠੀਕ ਹੈ ਤਦ ਕਰਕੇ ਉਹ 30 ਰੁਪਏ ਦਾ ਕੁਲਚਾ ਦਿੰਦੇ ਆ ਤੇ ਮੈਂ ਤੁਹਾਨੂੰ ਬਾਰ ਬਾਰ ਇਹੀ ਕਹਿ ਸ਼ਹਿਰ ਦੇ ਵਿੱਚ 50 ਰੁਪਏ ਦਾ 80 ਰੁਪਏ ਦਾ ਕੁਲਚਾ ਸ਼ਹਿਰ ਦੇ ਵਿੱਚ ਵੇਖੋ ਸ਼ਹਿਰ ਦੇ ਵਿੱਚ 60 ਰੁਪਏ 50 ਰੁਪਏ ਦਿੰਦੇ ਕੁਲਚਾ ਇਹ 30 ਰੁਪਏ ਤੋਂ ਵੱਧ ਨਹੀਂ ਦਿੰਦੇ ਠੀਕ ਹੈ 30 ਰੁਪਏ ਦਾ ਕੁਲਚਾ ਵਾ ਬਹੁਤ ਵਧੀਆ ਕੁਲਚਾ ਦਿੰਦੇ ਆ ਬਹੁਤ ਟੇਸਟੀ ਕੁਲਚਾ ਹੁੰਦਾ ਵਾ ਮਗਰ ਆਪਣੇ ਨਾਲ ਉਹ ਖਾਂਦੇ ਇੱਥੋਂ ਆਣ ਕੇ ਮਗਰ ਇਹਨਾਂ ਦੇ ਜਿਹੜੇ ਹੈਗਾ ਆ ਨਾ ਬੋਲੂ ਕਹਿੰਦੇ ਅੱਜ ਤੱਕ ਲੋਕਾਂ ਨੂੰ ਕੀ ਮੈਸੇਜ ਦਿਓਗੇ ਹੁਣ ਜਿਹੜੇ ਖਾਂਦੇ ਪਏ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਦੇਖੋ ਜੀ ਇਹਨਾਂ ਸਟਾਲ ਕਟੋਕੇ ਕਹਿੰਦੇ 10-15 ਸਾਲ ਹੋ ਗਿਆ ਆਪਾਂ ਕੁਲਚੇ ਦਾ ਕੰਮ ਕਰ ਸਾਰਾ ਪਰਿਵਾਰ ਹੀ ਇੱਥੇ ਕੰਮ ਕਰਦਾ ਪਿਆ ਚਲੋ ਜੀ ਅੱਜ ਹੁਣ ਗੱਲ ਕਰਦੇ ਹਾਂ ਕਰੋ ਲੱਗਦਾ ਪਿਆ ਤੁਹਾਨੂੰ 30 ਰੁਪਏ ਕੁਲਚਾ ਦੇ ਰਹੇ ਤੁਹਾਨੂੰ ਲੱਗਦਾ ਪਿਆ ਕੀ ਕਹਿਣਾ